ਇਤਿਹਾਸਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ, ਜਿੱਥੇ ਕਿ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੇ ਪੂਰਨਿਆਂ 'ਤੇ ਚੱਲਦਿਆਂ ਮੌਜੂਦਾ ਮੁਖੀ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ। ਕੋਰੋਨਾ ਦੀ ਮਹਾਂਮਾਰੀ ਦੇ ਦੌਰਾਨ ਵੀ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਸੰਗਤਾਂ ਲਈ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ। ਸਾਡੀ ਪੰਜਾਬ ਪਲੱਸ ਦੀ ਟੀਮ ਨੇ ਗੁਰਦੁਆਰਾ ਸਾਹਿਬ ਦਾ ਵਿਸ਼ੇਸ਼ ਦੌਰਾ ਕੀਤਾ ਅਤੇ ਸੰਤ ਬਾਬਾ ਗੁਰਦੀਪ ਸਿੰਘ ਜੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਰਿਪੋਰਟ। ਵਾਹ ਵਾਹ ਗੋਬਿੰਦ ਸਿੰਘ ਰਾਖੇ ਗੁਰ ਚੇਲਾ, 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 ਵਾਹ ਵਾਹ ਗੋਬਿੰਦ ਸਿੰਘ ਰਾਖੇ ਗੁਰ ਚੇਲਾ। ਇਤਿਹਾਸਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ, ਔਰ ਗੱਲ ਕਰਨ ਜਾ ਰਹੇ ਹਾਂ ਇੱਥੋਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਸੰਤ ਬਾਬਾ ਨਛੱਤਰ ਸਿੰਘ ਜੀ ਸੱਚਖੰਡ ਵਾਸੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ, ਉਹਨਾਂ ਦੇ ਪੂਰਨਿਆਂ ਦੇ ਚੱਲਦੇ ਹੋਏ ਉਹਨਾਂ ਦੇ ਹਰੇਕ ਉਸ ਕਾਰਜ ਨੂੰ ਜਿਹੜਾ ਉਹ ਚਲਾ ਰਹੇ ਸੀਗੇ ਉਹਨੂੰ ਦਿਨ ਦੁੱਗਣੀ ਤਰਾਹ ਚੌਕਰੀ ਜਿਹੜੇ ਹੈਗੇ ਅੱਗੇ ਵਧਾਇਆ ਔਰ ਸੇਵਾ ਕੀਤੀ। ਅੱਜ ਅਸੀਂ ਗੱਲ ਕਰ ਰਹੇ ਹਾਂ ਇਹਨਾਂ ਨਾਲ ਇਸ ਐਪੀਡੈਮਿਕ ਦੇ ਵਿੱਚ ਜਦੋਂ ਕਿ ਕਰੋਨਾ ਦਾ ਕਹਿਰ ਜਿਹੜਾ ਜਾਰੀ ਹੈਗਾ ਔਰ ਲੋਕ ਜਿਹੜੇ ਹੈਗੇ ਆ ਬਹੁਤ ਪਰੇਸ਼ਾਨ ਹੁੰਦੇ ਆ, ਕਿਸੇ ਨੂੰ ਥੋੜ੍ਹਾ ਜਿਹਾ ਬੁਖਾਰ ਚੜ੍ਹ ਜਾਂਦਾ ਤਾਂ ਵੀ ਉਹਨੂੰ ਲੱਗਣ ਲੱਗ ਜਾਂਦਾ ਕਿ ਮੈਨੂੰ ਕਰੋਨਾ ਹੋ ਗਿਆ, ਪਰੇਸ਼ਾਨ ਹੋ ਜਾਂਦਾ ਸਾਰਾ ਟੱਬਰ। ਬਾਬਾ ਜੀ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਰਿਜੀ ਗਰਗ ਜੀ, ਜੋ ਪੰਜਾਬ ਪਲੱਸ ਚੈਨਲ ਤੋਂ ਵਿਸ਼ੇਸ਼ ਤੌਰ 'ਤੇ ਇਸ ਪਾਵਨ ਪਵਿੱਤਰ ਸਥਾਨ 'ਤੇ ਪਹੁੰਚੇ ਨੇ। ਮੈਂ ਇਸ ਸਥਾਨ 'ਤੇ ਆਉਣ 'ਤੇ ਇਹਨਾਂ ਦਾ ਜਿੱਥੇ ਧੰਨਵਾਦ ਵੀ ਕਰਦਾ, ਉੱਥੇ ਨਾਲ ਹੀ ਸਮੁੱਚੀਆਂ ਹੀ ਸੰਗਤਾਂ ਨੂੰ, ਕਿਉਂਕਿ ਇਹ ਕਰੋਨੇ ਦੀ ਜੋ ਆਪ ਜੀ ਨੂੰ ਪਤਾ ਹੈ, ਇਸ ਕਰੋਨੇ ਦੀ ਭਿਆਨਕ ਬਿਮਾਰੀ ਨੇ ਸਾਡੇ ਦੇਸ਼ ਨੂੰ, ਸਮੁੱਚੇ ਜਗਤ ਨੂੰ ਇੱਕ ਝੰਜੋੜ ਕੇ ਰੱਖ ਦਿੱਤਾ ਹੈ। ਕਿਉਂਕਿ ਇਹ ਸੰਕਟ ਇਸ ਦੌਰ ਦੇ ਵਿੱਚ ਉੱਠਣਾ, ਕਿਉਂਕਿ ਹਰ ਇੱਕ ਨਾਗਰਿਕ ਨੂੰ ਬੜਾ ਮੁਸ਼ਕਲ ਲੱਗ ਰਿਹਾ ਹੈ, ਕਿਉਂਕਿ ਇੰਨਾ ਹੀ ਸਹਿਮਤ ਇੰਨਾ ਡਰ ਪੈ ਗਿਆ ਕਿ ਜੇ ਕਿਸੇ ਨੂੰ ਕੋਈ ਥੋੜ੍ਹਾ ਘਣਾ ਬੁਖਾਰ ਹੁੰਦਾ, ਉਹ ਛੇਤੀ ਕਿਤੇ ਕੋਈ ਡਾਕਟਰ ਦੇ ਪਾਸ ਜਾਂਦਾ ਨਹੀਂ, ਕਿਤੇ ਮੈਨੂੰ ਕਰੋਨਾ ਨਾ ਕਹਿ ਦੇਣ। ਬੜੀ ਮੁਸ਼ਕਲ ਦੌਰ ਦੇ ਵਿੱਚ ਸਾਡਾ ਸਮੁੱਚਾ ਹੀ ਸਮਾਜ ਗੁਜ਼ਰਿਆ ਹੈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਵੇਂ ਤੁਸੀਂ ਪਹਿਲਾਂ ਤੋਂ ਬੜੀ ਮਿਹਰ ਦੀ ਨਿਗਾਹ ਕਰਦੇ ਆ ਰਹੇ ਹੋ, ਅਤੇ ਉਸੇ ਤਰ੍ਹਾਂ ਹੀ ਐਸੇ ਭੈੜੇ ਸੰਕਟ ਦੇ ਵਿੱਚ ਵੀ ਸਮੁੱਚੀਆਂ ਸੰਗਤਾਂ ਦੇ ਸਿਰਾਂ 'ਤੇ ਮਿਹਰਾਂ ਭਰਿਆ ਹੱਥ ਰੱਖੋ। ਇਸ ਭਿਆਨਕ ਬਿਮਾਰੀ ਦੇ ਦੌਰ ਵਿੱਚੋਂ ਸਮੁੱਚੀਆਂ ਸੰਗਤਾਂ ਨੂੰ ਇੱਕ ਕੱਢ ਕੇ ਇੱਕ ਐਸਾ ਸਮਾਜ ਜਿਨ੍ਹਾਂ ਦੇ ਮਨ ਦੇ ਵਿੱਚ ਭੈ ਹੈ ਉਹ ਖਤਮ ਹੋ ਸਕੇ, ਮੇਰੀ ਇਹੀ ਅਰਦਾਸ ਬੇਨਤੀ ਹੈ। ਸਮੁੱਚੇ ਪ੍ਰਸ਼ਾਸਨ ਦੇ ਅੱਗੇ ਵੀ ਇਹੀ ਅਰਦਾਸ ਬੇਨਤੀ ਹੈ ਕਿ ਸਾਨੂੰ ਜਿੱਥੇ ਫਟਾਫਟ ਕਰੋਨੇ ਦਾ ਮਰੀਜ਼ ਕਹਿ ਕੇ ਇੱਕ ਇੰਨਾ ਸਹਿਮ ਪੈਦਾ ਕੀਤਾ ਗਿਆ, ਉੱਥੇ ਮੈਂ ਉਹਨਾਂ ਨੂੰ ਬੇਨਤੀ ਕਰਦਾ, ਸਮੁੱਚੇ ਡਾਕਟਰ ਸਾਹਿਬਾਨਾਂ ਨੂੰ, ਪ੍ਰਸ਼ਾਸਨ ਨੂੰ ਵੀ, ਕਿ ਇਸ ਦੀ ਪੂਰੀ ਘੋਹ ਕਰਕੇ ਹੀ ਉਸ ਨੂੰ ਕਰੋਨਾ ਜੋ ਡਿਕਲੇਅਰ ਕੀਤਾ ਜਾਵੇ। ਕਿਉਂਕਿ ਕਈ ਆਮ ਦੱਸਦੇ ਨੇ, ਸਾਡੇ ਸੰਪਰਕ ਵਿੱਚ ਵੀ ਬਹੁਤ ਐਸੇ ਮਰੀਜ਼ ਤੰਦਰੁਸਤ ਹੋ ਕੇ ਆਏ ਨੇ ਜਿਹੜੇ ਕਹਿੰਦੇ ਕਿ ਸਾਨੂੰ ਐਸਾ ਕੋਈ ਲੱਛਣ ਨਹੀਂ ਸੀਗਾ ਅਤੇ ਸਾਨੂੰ ਵੀ ਕਰੋਨੇ ਦੇ ਨਾਂ ਦੇ ਨਾਲ, ਅਸੀਂ ਵੀ ਕਾਫੀ ਦਿਨ ਜੋ ਘਰ ਦੇ ਵਿੱਚ ਆਪਦੇ ਚਾਰ ਦੀਵਾਰੀ ਦੇ ਵਿੱਚ 14 ਦਿਨ ਦਾ ਐਸਾ ਸਮਾਂ ਬਤੀਤ ਕਰਕੇ ਆਏ ਹਾਂ। ਪਰ ਮੇਰੀ ਇਹ ਬੇਨਤੀ ਹੈ ਕਿ ਸਾਨੂੰ ਪੂਰਾ ਡਿਕਲੇਅਰ ਕਰ ਲੈਣਾ ਚਾਹੀਦਾ, ਜਿਹਦੇ ਨਾਲ ਇਹ ਸਾਡੇ ਬੱਚਿਆਂ ਦੇ, ਸਾਡੇ ਸਮਾਜ ਦੇ ਜਿਹੜਾ ਐਸਾ ਮਾਹੌਲ ਬਣਿਆ ਸਹਿਮ ਦਾ, ਉਹ ਖਤਮ ਹੋ ਸਕੇ। ਮੇਰੀ ਇਹੀ ਬੇਨਤੀ ਹੈ ਇਸ ਗੁਰੂ ਘਰ ਵੱਲੋਂ ਵੀ, ਜਿੱਥੇ ਅੱਜ 15 ਅਗਸਤ ਦਾ ਦਿਨ ਜੋ ਸਮਾਜ ਦੇ ਵਿੱਚ ਆਜ਼ਾਦੀ ਦਿਵਸ ਦੇ ਵਜੋਂ ਇਹ 15 ਅਗਸਤ ਵਾਲਾ ਦਿਨ ਮਨਾਇਆ ਜਾ ਰਿਹਾ ਹੈ, ਪਰ ਜਿੱਥੇ ਅਸੀਂ ਆਜ਼ਾਦ ਹੋਏ ਹਾਂ, ਇਸ ਆਜ਼ਾਦ ਮੁਲਕ ਦੇ ਵਿੱਚ ਰਹਿ ਕੇ ਅਸੀਂ ਅੱਜ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰ ਰਹੇ ਹਾਂ, ਇਸੇ ਤਰ੍ਹਾਂ ਗੁਲਾਮ ਮਹਿਸੂਸ ਕਰ ਰਹੇ ਹਾਂ, ਕਿਉਂਕਿ ਕਿੱਥੇ ਨਸ਼ਿਆਂ ਦੇ ਭੈੜੇ ਦੌਰ ਇਹ ਸਮਾਜ ਵਿੱਚ ਵਰਤ ਰਹੇ ਨੇ,
ਕਿੱਥੇ ਐਸੀ ਨਿੱਕੀਆਂ ਨੰਨੀਆਂ ਮੁੰਨੀਆਂ ਬੱਚੀਆਂ ਤੋਂ ਲੈ ਕੇ ਵਧੇਰੀ ਉਮਰ ਦੀਆਂ ਔਰਤਾਂ ਜਿਨ੍ਹਾਂ ਨੂੰ ਅੱਜ ਆਪਣੇ ਦੇਸ਼ ਅੰਦਰ ਇੱਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਉਹ ਸਮਝਦੀਆਂ, ਉਹ ਵੀ ਭੈ ਦੇ ਨਾਲ ਘਰੋਂ ਬਾਹਰ ਨਿਕਲਦੀਆਂ ਅਤੇ ਕੀ ਕੁਛ ਇਸ ਧਰਤੀ 'ਤੇ ਹੋ ਰਿਹਾ, ਕਿੰਨਾ ਭੈੜਾ ਬੋਲਬਾਲਾ ਹੋ ਰਿਹਾ। ਸਾਨੂੰ ਇਹ ਸੋਚਣ ਦੀ ਲੋੜ ਆ, ਸਾਡੇ ਆਜ਼ਾਦ ਮੁਲਕ ਦੇ ਵਿੱਚ ਰਹਿੰਦਿਆਂ ਹੋਇਆਂ ਅਸੀਂ ਅੱਜ ਇੱਕ ਗੁਲਾਮ ਦੀ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹਾਂ। ਮੈਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਬੇਨਤੀ ਕਰਦਾ, ਸੱਚੇ ਪਾਤਸ਼ਾਹ ਰਹਿਮ ਕਰੋ, ਮਿਹਰ ਕਰੋ, ਤੁਹਾਡੀ ਨਿਗਾਹ ਦੇ ਨਾਲ ਹੀ ਇਹ ਸਭ ਕੁਛ ਸੁੰਦਰ ਹੋ ਸਕਦਾ। ਇਹ ਸੋਨੇ ਦੀ ਚਿੜੀ ਜੋ ਸਾਡਾ ਸਮਾਜ ਸਾਡਾ ਪੰਜਾਬ ਹੈ ਉਹਨੂੰ ਉਸੇ ਤਰ੍ਹਾਂ ਹੀ ਪਹਿਲਾਂ ਦੀ ਤਰ੍ਹਾਂ ਇਹ ਇੱਕ ਵਧੀਆ ਹਰਿਆਵਲੀ ਭਰਿਆ ਸਾਡਾ ਦੇਸ਼ ਲੱਗੇ, ਸਾਰਿਆਂ ਨੂੰ ਇੱਕ ਦੂਜੇ ਨਾਲ ਪਿਆਰ ਦੀ ਖੁਸ਼ਬੂ ਆਵੇ, ਮੇਰੀ ਇਹੀ ਅਰਦਾਸ ਬੇਨਤੀ ਹੈ। ਬਾਬਾ ਜੀ, ਜਿਸ ਤਰੀਕੇ ਦੇ ਨਾਲ ਇਸ ਕਹਿਰ ਦੇ ਵਿੱਚ ਲੰਗਰਾਂ ਦੀ ਸੇਵਾ ਜਿਹੜੀ ਹੈਗੀ ਆ, ਇਸ ਸਥਾਨ ਵੱਲੋਂ ਚਾਹੇ ਕਿੰਨਾ ਮਰਜ਼ੀ ਭਿਆਨਕ ਸਮਾਂ ਸੀਗਾ ਪਰ ਫਿਰ ਵੀ ਲੰਗਰਾਂ ਦੀ ਸੇਵਾ ਜਿਹੜੀ ਆ ਚੱਲਦੀ ਰਹੀ, ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ, ਚਾਹੇ ਉਹ ਆਮ ਲੋਕ ਹੋਣ, ਚਾਹੇ ਲੋੜਵੰਦ ਲੋਕ ਹੋਣ, ਉਹਨਾਂ ਨੂੰ ਲੰਗਰ ਹਮੇਸ਼ਾ ਜਿਹੜਾ ਪਰੋਸਿਆ ਜਾ ਰਿਹਾ, ਅੱਜ ਵੀ ਜਿਹੜਾ 24 ਘੰਟੇ ਉੱਤੇ ਲੰਗਰ ਚੱਲਦਾ ਰਹਿੰਦਾ। ਕਿਹਾ ਇਹ ਜੋ ਮਾਲਵੇ ਦਾ ਪ੍ਰਸਿੱਧ ਅਸਥਾਨ ਹੈ, ਇਸ ਨੂੰ ਮਨੁੱਖਤਾ ਦੀ ਭਲਾਈ ਦਾ ਕੇਂਦਰ ਕਰਕੇ ਵੀ ਜਾਣਿਆ ਜਾਂਦਾ ਹੈ। ਇਸੇ ਕਰਕੇ ਜਾਣਿਆ ਜਾਂਦਾ ਹੈ ਕਿ ਇਹ ਹਰ ਔਖੀ ਘੜੀ ਜਦੋਂ ਵੀ ਦੇਸ਼ ਦੇ ਵਿੱਚ ਆਉਂਦੀ ਹੈ ਤਾਂ ਇਹ ਅਸਥਾਨ ਹਮੇਸ਼ਾ ਹੀ ਆਪਣੀਆਂ ਸਮਾਜ ਭਲਾਈ ਕੰਮਾਂ ਦੇ ਕਾਰਨ ਕਰਕੇ ਔਰ ਇਸ ਸਥਾਨ ਦੇ ਪੂਜਨੀਕ ਸੱਚਖੰਡ ਵਾਸੀ ਸਤਿਕਾਰਯੋਗ ਸੰਤ ਬਾਬਾ ਨਛੱਤਰ ਸਿੰਘ ਜੀ ਵੱਲੋਂ ਜੋ ਚਲਾਈ ਹੋਈ ਮਰਯਾਦਾ ਕਿ ਹਰ ਇੱਕ ਦੀ ਸੇਵਾ ਕਰਨੀ, ਉਹ ਕੋਈ ਵੀ ਹੋਵੇ, ਉਹ ਕਿਸੇ ਇੱਥੇ ਜਾਤ ਪਾਤ ਦਾ ਵਿਤਕਰਾ ਨਹੀਂ ਕੀਤਾ ਜਾਂਦਾ, ਇੱਥੇ ਕੋਈ ਪਾਰਟੀ ਵਾਲਾ ਨਹੀਂ ਵੇਖਿਆ ਜਾਂਦਾ, ਕਿਉਂਕਿ ਸਮੁੱਚਾ ਜਗ ਤੋਂ ਪਰਮਾਤਮਾ ਪਰਮੇਸ਼ਰ ਨੇ ਸਰਜਨਾ ਕਰਕੇ ਇਸ ਸੰਸਾਰ 'ਤੇ ਇੱਕ ਐਸੀ ਅਲਾਹੀ ਜੋਤ ਫਿੱਟ ਕਰਕੇ ਇੱਥੇ ਸੰਸਾਰ 'ਤੇ ਜੀਵ ਨੂੰ ਭੇਜਿਆ ਹੈ। ਉਹ ਕਿਤੇ ਵੀ ਲੋੜ ਪਵੇ, ਆ ਕਰੋਨਾ ਦੀ ਭੈੜੀ ਬਿਮਾਰੀ ਹੁਣ ਚੱਲ ਰਹੀ ਹੈ, ਇਹਦੇ ਵਿੱਚ ਵੀ ਇਸ ਸਥਾਨ ਵੱਲੋਂ ਦਿਨ ਰਾਤ ਇੱਕ ਕਰਕੇ ਇੱਥੋਂ ਲੰਗਰ ਤਿਆਰ ਕਰਕੇ ਵੀ ਔਰ ਪਿੰਡਾਂ ਦੇ ਵਿੱਚ ਵੀ ਜਾ ਕੇ ਝੁੱਗੀ ਚੌਪੜੀਆਂ ਤੱਕ ਵੀ ਜਾ ਕੇ ਦਾਸ ਆਪ ਜਾ ਕੇ ਆਪਣੇ ਹੱਥੀਂ ਸਾਰਿਆਂ ਤੱਕ ਲੰਗਰ ਪਹੁੰਚਾ ਕੇ ਆਇਆ। ਜਿੱਥੇ ਵੀ ਕੋਈ ਪ੍ਰਸ਼ਾਸਨ ਦਾ ਫੋਨ ਆ ਜਾਂਦਾ ਸੀ ਤਾਂ ਤੁਰੰਤ ਅਸੀਂ ਜਾਂ ਸਾਡੇ ਸੇਵਾਦਾਰ ਗੁਰੂ ਘਰ ਦੇ ਉਹ ਉੱਥੇ ਪਹੁੰਚ ਕੇ ਉਹ ਜੋ ਲੋੜਵੰਦ ਹੁੰਦੇ ਸੀ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ, ਜਿੰਨੀ ਜੋਗੇ ਸੀ ਉਨੀ ਇਹ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਸਦਕਾ ਸੇਵਾ ਕੀਤੀ। ਇਹ ਅਸਥਾਨ ਹਮੇਸ਼ਾ ਹੀ ਸੇਵਾ ਕਰਦਾ ਰਹੇਗਾ। ਇੱਥੇ ਬਿਰਧ ਆਸ਼ਰਮ ਵੀ ਇੱਕ ਮਾਲਵੇ ਦਾ ਬਹੁਤ ਵੱਡਾ ਜੋ ਇੱਥੇ ਚੱਲ ਰਿਹਾ ਬੇਸਹਾਰਾ ਬਜ਼ੁਰਗਾਂ ਵਾਸਤੇ, ਇੱਥੇ ਬੀਬੀਆਂ ਦਾ ਵੀ ਬੜਾ ਸਤਿਕਾਰ ਕੀਤਾ ਜਾਂਦਾ ਲੋਹੜੀ ਮਾਘੀ ਅਤੇ ਕੇਸਰੀ ਦੁਪੱਟਿਆਂ ਨਾਲ, ਇੱਥੇ ਅੰਗਹੀਣਾਂ ਨੂੰ ਟਰਾਈ ਸਾਈਕਲ, ਇੱਥੇ ਅੰਬਰ ਸਚਾਰ ਕਰਵਾਇਆ ਜਾਂਦਾ ਸਤਿਕਾਰਯੋਗ ਪੰਜ ਪਿਆਰਿਆਂ ਨੂੰ ਸੱਦ ਕੇ, ਇੱਥੇ ਇੱਕ ਨਹੀਂ ਅਨੇਕਾਂ ਹੀ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਨੇ ਜੋ ਹਮੇਸ਼ਾ ਹੀ ਸੰਗਤਾਂ ਦੇ ਸਹਿਯੋਗ ਸਦਕਾ ਔਰ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਹਮੇਸ਼ਾ ਜਾਰੀ ਰੱਖੇ ਜਾਣਗੇ। ਬਾਬਾ ਜੀ, ਕੇਵਲ ਪੰਜਾਬ ਹੀ ਨਹੀਂ, ਅੱਜ ਰਾਜਸਥਾਨ ਦੀ ਗੱਲ ਕਰ ਲਈਏ ਤਾਂ ਰਾਜਸਥਾਨ ਦੀ ਪਵਿੱਤਰ ਧਰਤੀ ਦੇ ਉੱਤੇ, ਕਿਉਂਕਿ ਬਹੁਤ ਸੰਗਤ ਜਿਹੜੀ ਹੈਗੀ ਆ ਉਹ ਦੂਰ ਆਉਂਦੀ ਸੀ ਔਰ ਉਹਨਾਂ ਦੀ ਪ੍ਰਜੋਰ ਜਿਹੜੀ ਹੈਗੀ ਆ ਬੇਨਤੀ ਕਰਨ ਦੇ ਉੱਪਰ ਉਸ ਸਥਾਨ ਦੇ ਉੱਤੇ ਵੀ ਜਿਹੜਾ ਸਥਾਨ ਪ੍ਰਗਟ ਹੋ ਚੁੱਕਿਆ ਔਰ ਉੱਥੇ ਵੀ ਸੰਗਤਾਂ ਦਾ ਜਿਹੜਾ ਤਾਤਾ ਲੱਗਿਆ ਰਹਿੰਦਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜੋ ਇਸ ਸਥਾਨ 'ਤੇ ਸ਼ਰਧਾ ਰੱਖਣ ਵਾਲੇ ਅਨੇਕਾਂ ਸੰਗਤਾਂ ਇਸ ਇਕੱਲੇ ਪੰਜਾਬ 'ਚ ਹੀ ਨਹੀਂ, ਹੋਰ ਵੀ ਕਾਫੀ ਸਟੇਟਾਂ ਦੇ ਵਿੱਚ ਇਸ ਸਥਾਨ ਨੂੰ ਨਤਮਸਤਕ ਹੋਣ ਵਾਲੀ ਸ਼ਰਧਾਲੂ ਸੰਗਤ ਹੈ ਅਤੇ ਰਾਜਸਥਾਨ ਦੀ ਧਰਤੀ 'ਤੇ ਵੀ ਜਿੱਥੇ ਪਾਵਨ ਪਵਿੱਤਰ ਸਥਾਨ ਬਣ ਕੇ ਤਿਆਰ ਹੋ ਰਿਹਾ, ਉੱਥੋਂ ਦੀਆਂ ਸੰਗਤਾਂ ਦਾ ਪਿਆਰ ਸਦਕਾ ਅਨੂਪਗੜ੍ਹ ਦੇ ਨੇੜੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੀ ਯਾਦ ਦੇ ਵਿੱਚ ਜੋ ਸਥਾਨ ਬਣਾਇਆ ਜਾ ਰਿਹਾ, ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਉਸ ਪਾਵਨ ਪਵਿੱਤਰ ਸਥਾਨ 'ਤੇ ਪਹੁੰਚਦੀਆਂ ਅਤੇ ਕਰੋਨਾ ਦੀ ਭਿਆਨਕ ਬਿਮਾਰੀ ਦੇ ਵਿੱਚ ਉਸ ਅਸਥਾਨ 'ਤੇ ਵੀ ਸਾਡੇ ਸੇਵਾਦਾਰਾਂ ਵੱਲੋਂ ਵੱਡੇ ਪੱਧਰ 'ਤੇ ਗਰੀਬਾਂ ਨੂੰ ਘਰਾਂ ਦੇ ਵਿੱਚ ਜਾ ਕਰਕੇ ਰਾਸ਼ਨ ਦਿੱਤਾ ਗਿਆ। ਇੱਥੇ ਵੀ ਸੇਵਾਵਾਂ ਜਾਰੀ ਨੇ, ਉਸ ਸਥਾਨ ਵੱਲੋਂ ਵੀ ਸੇਵਾਵਾਂ ਜਾਰੀ ਨੇ, ਕਿਉਂਕਿ ਇਹ ਗੁਰੂ ਦਾ ਘਰ ਹੈ, ਗੁਰੂ ਨਾਨਕ ਮਹਾਰਾਜ ਜੀ ਦਾ ਘਰ ਹੈ। ਗੁਰੂ ਦੇ ਘਰ ਦੇ ਵਿੱਚੋਂ ਕਦੇ ਕੋਈ ਭੁੱਖਾ ਨਹੀਂ ਜਾਂਦਾ, ਕੋਈ ਖਾਲੀ ਨਹੀਂ ਜਾਂਦਾ। ਇਹ ਗੁਰੂ ਦਾ ਦਰ ਐਸਾ ਦਰ ਹੈ, ਸੱਚੇ ਪਾਤਸ਼ਾਹ ਬਸ ਸਭਨਾ 'ਤੇ ਮਿਹਰ ਭਰਿਆ ਹੱਥ ਰੱਖਣਾ, ਇਸ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ। ਭੈੜੀਆਂ ਚੁਗਲੀ ਨਿੰਦਿਆ ਵੈਰ ਵਿਰੋਧ ਨੂੰ ਛੱਡ ਕੇ ਅਸੀਂ ਕੇਵਲ ਅਤੇ ਕੇਵਲ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਾਂ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਪ੍ਰਦਖ ਹੋ, ਉਸੇ ਧਰਮ ਦੇ ਵਿੱਚ ਰਹਿ ਕੇ ਅਸੀਂ ਪ੍ਰਭੂ ਪਰਮੇਸ਼ਰ ਦੇ ਨਾਂ ਦੀ ਅਸੀਂ ਪ੍ਰਾਰਥਨਾ ਕਰੀਏ।
ਅਸੀਂ ਪ੍ਰਭੂ ਦੇ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਮਿਹਰਾਂ ਰੱਖਣੀਆਂ ਜੁਗੋ ਜੁਗ ਡਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦਾਸ ਨਤਮਸਤ ਕਰਦਾ ਹੋਇਆ ਸਾਰੀਆਂ ਸੰਗਤਾਂ ਨੂੰ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।